मैं रिशपाल सिंह जोड़ामाजरा मैंबर पंजाब मिशन 2022 गुरनाम सिंह चलूनी ते असी अज इतों पटियाले तो 100 गड्डियों का काफिला थोड़े सामने है ते पूरे पंजाब दे विच्चों 500 गड्डियों का काफिला शंभू तो असी लैके 11 बजे चलांगे ते असी गुरनाम सिंह चलूनी की सपोर्ट दे विच्च संयुक्त मोर्चे की सपोर्ट दे विच्च करनाल जिहड़ा धरना लाया होया है सैक्रेटरीएट घेरी हुई है उत्थे उहदे समर्थन वास्ते चले आ जी। बड़े अफसोस की गल है, सब तो बड़ी अफसोस की गल तो यह है कि लोगों ने चुनी हुई सरकारां चाहे साड़ी पंजाब सरकार है चाहे हरियाणा की सरकार है चाहे सेंटर की सरकार है लोगों की गल नहीं सुन रही। किन्ने लोग रोज़ पहला अकाली दे टाइम च साड़ियां भैणां ने नर्सां ने नहर छाला मारियां फिर कैप्टन दे राज दे विच कोठे ते चढ़ के छाला मारियां अज हर एक थां ते टेंट ला के अपने बच्चों नूं छोटे छोटे बच्चों नूं नाल ला के भैणां साढ़े दोस्त बजुर्ग साढ़े ते साढ़े बच्चे सारे सड़कां ते बैठे ने किसे सरकार दे कन्न ते जू नहीं सरकदी। बड़े अफसोस की गल है, सब तो बड़ी अफसोस की गल तो यह है कि लोगों ने चुनी हुई सरकारां चाहे साड़ी पंजाब सरकार है चाहे हरियाणा की सरकार है चाहे सेंटर की सरकार है लोगों की गल नहीं सुन रही। किन्ने लोग रोज़ पहला अकाली दे टाइम च साड़ियां भैणां ने नर्सां ने नहर छाला मारियां फिर कैप्टन दे राज दे विच कोठे ते चढ़ के छाला मारियां अज हर एक थां ते टेंट ला के अपने बच्चों नूं छोटे छोटे बच्चों नूं नाल ला के भैणां साढ़े दोस्त बजुर्ग साढ़े ते साढ़े बच्चे सारे सड़कां ते बैठे ने किसे सरकार दे कन्न ते जू नहीं सरकदी। ये जिहड़ा काफिला जा रहा है जिहड़ा कि नारा चलूनी साहब ने दिता सीगा मिशन पंजाब 2022 उहदे वल्लों असी लैके जा रहे हैं जी। असी पार्टियां तो शुरू ती लगियां हुई ने पर इत्थे लोग जागरूक हो चुके ने लोगों ने हुण उन्हां नूं घेर घेर के सवाल करे ने जाबते च रह के सवाल करे ने पिछली दिनां च कई किसान जथेबंदियां ने उन्हां नूं जाबते च रह के जो लाइव होकर सवाल किए ने असी उन्हां तों सिखिया ਉਹੀ ਸਿੱਖਦੇ ਹੋਏ ਜੋ ਅੱਜ ਸਾਡੇ ਅੱਜ ਪਾਰਟੀਆਂ ਦੇ ਬਿੱਲੇ ਹੋਣੇ ਚਾਹੀਦੇ ਅੱਜ ਸਾਡੇ ਛਾਤੀਆਂ ਤੇ ਕਿਸਾਨੀ ਯੂਨੀਅਨ ਦੇ ਬਿੱਲੇ ਆ ਗਏ ਨੇ ਕਿਉਂਕਿ ਲੋਕ ਜਾਗ ਗਏ ਨੇ ਉਹਨਾਂ ਦੀ ਜੋ ਗੁਲਾਮੀ ਹੈ ਜਿਸ ਤਰ੍ਹਾਂ ਸਾਡੇ ਦੇਸ਼ ਨੇ 1200 ਸਾਲ ਪਹਿਲਾਂ ਅਸੀਂ ਇਹ ਗੁਲਾਮੀ ਭੋਗੀ ਹੈ ਹੁਣ ਅਸੀਂ ਰਾਜਨੀਤਿਕ ਗੁਲਾਮੀਆਂ 'ਚ ਪੈ ਚੁੱਕੇ ਸੀ ਪਰ ਕਿਸਾਨੀ ਅੰਦੋਲਨ ਨੇ ਕਿਸਾਨ ਜਥੇਬੰਦੀਆਂ ਨੇ ਸਾਨੂੰ ਇਹ ਗੁਲਾਮੀ 'ਚੋਂ ਤੋੜ ਦਿੱਤਾ ਅਤੇ ਅੱਜ ਲੋਕ ਜਾਗੇ ਨੇ ਆਪਣੇ ਹੱਕ ਹਕੂਕਾਂ ਲਈ ਅਸੀਂ ਅੱਜ ਲੰਬੇ ਹਾਂ ਜੋ ਕਰਨਾਲ ਚੱਲੇ ਹਾਂ ਉੱਥੇ ਅਸੀਂ ਪੈੜਾਂ ਪਾਉਣ ਚੱਲੇ ਹਾਂ ਕਿਉਂਕਿ ਉਹ ਇਕੱਲੇ ਕਰਨਾਲ 'ਤੇ ਤਸ਼ੱਦਤ ਨਹੀਂ ਹੋਇਆ ਉਹ ਸਮੁੱਚੇ ਦੇਸ਼ 'ਤੇ ਕਿਸਾਨੀ 'ਤੇ ਤਸ਼ੱਦਤ ਹੋਇਆ। ਇਹਦੇ ਲਈ ਮੈਂ ਸਾਡੀ ਨੌਜਵਾਨੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਅਪੀਲ ਕਰਦਾ ਕਿ ਚਾਹੇ ਉਹ ਕਿਸੇ ਪਾਰਟੀਆਂ ਨਾਲ ਜੁੜੇ ਹੋਏ ਨੇ ਕਿਸੇ ਪਾਰਟੀਆਂ ਦੇ ਉਹਨੂੰ ਚੰਗੀਆਂ ਲੱਗਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਨੇ ਪਰ ਉਹ ਇੱਕ ਵਾਰ ਜ਼ਰੂਰ ਨਜ਼ਰ ਫੇਰਨ ਜਦੋਂ ਸਾਡੀ ਕਿੱਤੇ 'ਤੇ ਜਿੱਥੋਂ ਅਸੀਂ ਰੋਟੀ ਟੁੱਕ ਖਾਣਾ ਜਿੱਥੋਂ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਹੈ ਆਪਣੇ ਪਰਿਵਾਰ ਦਾ ਰੁਜ਼ਗਾਰ ਸਾਡਾ ਉੱਥੋਂ ਚੱਲਦਾ ਅਤੇ ਉਹ ਅੱਜ ਉੱਥੇ ਡਾਕਾ ਪੈ ਚੁੱਕਿਆ। ਸਾਡੇ ਮੁੱਖ ਕਿੱਤਾ ਸਾਡਾ ਪੰਜਾਬ ਦਾ ਕਿਸਾਨੀ ਹੈ, ਕਿਸਾਨੀ ਤੋਂ ਹੀ ਜੋ ਸਾਡੇ ਮਾਰਕੀਟ ਚੱਲਦੀ ਹੈ, ਮਾਰਕੀਟ 'ਚ ਪੈਸਾ ਆਉਂਦਾ ਅਤੇ ਉਹੀ ਪੈਸਾ ਅੱਗੇ ਵਿਕਾਸ ਹੁੰਦਾ। ਪਰ ਅੱਜ ਉਹ ਮੇਨ ਉਹ 'ਤੇ ਸਟੋਪੇਜ ਲੱਗ ਚੁੱਕੇ ਹੈ ਜਿਹੜੇ ਅੱਜ ਤੁਸੀਂ ਦੇਖ ਸਕਦੇ ਹੋ ਕਰਨਾਲ 'ਤੇ ਇੱਕ SDM ਸਿਰਫ SDM ਦੇ ਪਰਚੇ 'ਤੇ ਅਸੀਂ ਇਕੱਠੇ ਹੋ ਕੇ ਚੱਲੇ ਹਾਂ। ਉਹੀ SDM ਜਿਹੜੇ ਕੇਂਦਰ ਕਹਿੰਦੀ ਸੀ ਜੇ ਇੱਥੇ ਕਿਸੇ ਵੀ ਕਿਸਾਨ 'ਤੇ ਕੋਈ ਤਸ਼ੱਦਦ ਹੁੰਦਾ ਤਾਂ ਉਹ SDM ਤੱਕ ਜਾ ਸਕਦਾ। ਤੁਸੀਂ ਇਹ ਦੇਖ ਸਕਦੇ ਹੋ ਜਦੋਂ ਇੱਕ ਕਿਸਾਨ 'ਤੇ ਤਸ਼ੱਦਦ ਉਹਦੇ ਨਾਲ ਕੌਣ ਖੜਦਾ? ਜਿਹੜੇ SDM ਤੋਂ ਅਸੀਂ ਤਬਾਦਲੇ 'ਤੇ ਉਹਦੇ ਪਰਚਾ, ਮੈਂ ਐਡਵੋਕੇਟ ਹਾਂ ਜੀ, ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਤੁਹਾਡੇ ਨਾਲ। ਜੋ SDM ਨੇ ਉੱਥੇ ਜੁਰੀਡਿਕਸ਼ਨ ਜਾਂ ਮੌਕਾ ਦੇਖਦੇ ਹੋਏ ਉਹਨੇ ਉੱਥੇ ਐਲਾਨ ਕੀਤਾ ਵੀ ਸਿਰ ਫੋਟ ਦਿਓ, ਕਿਸੇ ਵੀ ਡਿਊਟੀ ਅਫਸਰ ਕੋਲ ਇਹ ਅਧਿਕਾਰ ਖੇਤਰ ਹੀ ਨਹੀਂ ਹੈਗਾ ਵੀ ਉਹ ਪੈਰਾਂ ਤੋਂ ਉੱਪਰ ਕਿਸੇ ਦੇ ਲਾਠੀ ਚਾਰਜ ਕਰਨ ਦੇ ਹੁਕਮ ਦੇਵੇ। ਇੱਥੇ ਸੋਚਣ ਦੀ, ਇੱਥੇ ਦੇਖਣ ਦੀ ਲੋੜ ਹੈ ਵੀ ਉਹਦੇ ਮਾਗਰ ਕੌਣ ਬੋਲ ਰਿਹਾ? ਉਹਦੇ ਮਾਗਰ ਉਹ ਇਕੱਲਾ SDM ਨਹੀਂ, ਉਹਦੇ ਮਾਗਰ ਪੂਰੀ ਸਮੁੱਚੀ BJP ਦੀ ਲੀਡਰਸ਼ਿਪ, ਕੇਂਦਰ ਸਰਕਾਰ ਬੋਲ ਰਹੀ ਹੈ, ਜਿਹਨੇ ਆ ਕੇ ਬਿਨਾਂ ਮੌਕਾ ਦੇਖੇ ਬਿਨਾਂ ਉੱਥੇ ਦੇਖੇ ਵੀ ਉੱਥੋਂ ਦਾ ਕੀ ਸਮਾਂ ਬਣਦਾ ਅਤੇ ਉਹਨੇ ਇੱਕ ਵੱਡੀ ਜੋ ਉੱਥੋਂ ਦੀ ਫੋਰਸ ਵਾਲਾ ਉੱਥੇ ਪ੍ਰਯੋਗ ਕੀਤੀ, ਜਦੋਂ ਕਿ ਸਾਡੇ ਉੱਥੇ ਕਿਸਾਨ ਸੀ ਉਹ ਅੱਜ ਸ਼ਾਂਤਮਈ ਆਪਣੇ ਜਾਬਤੇ 'ਚ ਰਹਿ ਕੇ, ਸਾਡਾ ਸਭ ਤੋਂ ਵੱਡਾ ਹਥਿਆਰ ਜਾਬਤਾ, ਉਹ ਜਾਬਤਾ ਸ਼ਾਂਤਮਈ ਜਾਬਤੇ 'ਚ ਅਸੀਂ ਰਹਿ ਕੇ ਇਹ ਸੰਘਰਸ਼ ਜ਼ਰੂਰ ਜਿੱਤਾਂਗੇ ਅਤੇ ਨੌਜਵਾਨਾਂ ਨੂੰ ਅਪੀਲ ਹੈ ਉਹ ਜਾਬਤੇ 'ਚ ਰਹਿ ਕੇ ਅਸੀਂ ਪਹਿਲਾਂ ਆਪਣੇ ਹੱਕ ਹਕੂਕਾਂ ਲਈ ਜਿਹੜੀ ਕਿਸਾਨੀ 'ਤੇ ਡਾਕੇ ਪਏ ਨੇ ਅਸੀਂ ਉਹ ਡਾਕੂਆਂ ਨੂੰ ਦੂਰ ਕਰਨਾ, ਉਹ ਤੋਂ ਬਾਅਦ ਕਿਸੇ ਮਰਜ਼ੀ ਪਾਰਟੀ ਨੂੰ ਵੋਟ ਪਾਇਓ ਪਹਿਲਾਂ, ਪਰ ਪਹਿਲਾਂ ਆਧਾਰ ਸਾਡੀ ਉਹ ਕਿਸਾਨੀ ਨੂੰ ਪਹਿਲਾਂ ਅਸੀਂ ਉਹਨੂੰ ਬਚਾ ਲਈਏ ਤਾਂ ਅਸੀਂ ਬਚਾਂਗੇ, ਤਾਂ ਅਸੀਂ ਵੋਟ ਪਾਉਣ ਜੋਗੇ ਰਹਾਂਗੇ।